हाँ जी दोस्तों, किवें हो? स्वागत है अज की अपनी नवी वीडियो के। अज की वीडियो आप गल करांगे फार्म ट्रैक 660 एसी कैबिन के बारे। तो अपने खड़े ने ट्रैक्टर के जिहड़े ओनर ने, इन्हां नाल गलबात करने आ कित्थों इन्हां ने लवाया, कितना टाइम इन्हां नूं लगन हो गया, किवें दी मतलब परफॉर्मेंस रही एसी कैबिन की, तो की ये फीचर ने, सारी तुहाडे नाल गलबात करने आ। सत श्रीकाल भाजी, स्वागत है जी मेरे चैनल तुहाडा। भाजी सब तो पहले अपना नाम ते पिंड दा नाम दस दो। मेरा नाम गुरसेवक सिंह जी, पिंड लचकाने जिला पटियाला जी। ठीक है जी, भालसों रोड ते पिंड पैंदा जी, पटियाले तो जन्ने आ आपां। ठीक है जी। अच्छा वीर जी, एसी कैबिन दे बारे दिओ डिटेल भी, किन्ना टाइम तुहानूं लवाया नूं हो गया? इहनूं तकरीबन 4 साल हो गए लवाए नूं। ठीक है। हाँ जी, ते किन्ना क खर्चा भाजी तुहाडा लग गया? इहदे 2,15,000-20,000 दे विच मन्न के चलो जी। तुसीं किहड़ी जगह तों लवाया तुसीं? ਇਹ ਡਕਾਲਾ ਜੀ। ਡਕਾਲੇ ਤੋਂ? ਹਾਂ ਜੀ। ਤੇ ਹੁਣ ਤੱਕ ਮਤਲਬ ਜਿਵੇਂ ਕੋਈ ਏਸੀ ਕੈਬਿਨ ਦੇ ਵਿੱਚ ਕੋਈ ਵਾਈਬ੍ਰੇਸ਼ਨ ਜਾਂ ਕੋਈ ਕੂਲਿੰਗ ਦੀ ਦਿੱਕਤ ਤੁਹਾਨੂੰ ਆਈ ਹੋਵੇ, ਵੀ ਜਿਵੇਂ ਸੁਣਨ 'ਚ ਆ ਜਾਂਦਾ ਵੀ ਏਸੀ ਕੈਬਿਨ ਦੀ ਕਈ ਮਤਲਬ ਜਿਸ ਨੇ ਲਵਾਉਣਾ ਹੋਵੇ ਤੇ ਕੋਈ ਸਲਾਹ ਲੈਂਦਾ, ਜਿਵੇਂ ਕਿਸੇ ਦੂਜੇ ਬੰਦੇ ਤੋਂ, ਉਹ ਕਹਿੰਦੇ ਨੇ ਵੀ ਨਹੀਂ ਲਵਾਉਣਾ ਨਹੀਂ ਚਾਹੀਦਾ, ਵੀ ਕੋਈ ਦਿੱਕਤ ਆ ਜਾਏ ਜਾਂ ਟਰੈਕਟਰ ਦੇ ਹਿੱਸੇ 'ਚ ਕੋਈ ਦਿੱਕਤ ਆ ਜਾਂਦੀ ਜਾਂ ਕੁਛ ਐਵੇਂ ਦੀ ਵਾਈਬ੍ਰੇਸ਼ਨ ਵਗੈਰਾ ਜ਼ਿਆਦਾ ਹੋ ਜਾਂਦੀ ਹੈ? ਕੋਈ ਵਾਈਬ੍ਰੇਸ਼ਨ ਨਹੀਂ, ਕੁਛ ਨਹੀਂ ਹੋਇਆ ਜੀ ਇਹਨੂੰ ਹੁਣ ਤੱਕ 4 ਸਾਲ ਦੇ ਵਿੱਚ ਲਗਾਤਾਰ। ਜਿਵੇਂ ਹਾਂ ਲਗਾਤਾਰ ਰੀਪਰ ਤੇ ਵੀ ਚੱਲਦਾ ਜੀ, ਕੋਈ ਪ੍ਰੋਬਲਮ ਨਹੀਂ ਆਈ। ਠੀਕ ਠੀਕ ਆ। ਕੂਲਿੰਗ ਵਗੈਰਾ ਕਿਵੇਂ ਦੀ? ਕੂਲਿੰਗ ਵਗੈਰਾ ਬਹੁਤ ਵਧੀਆ ਜੀ, ਥੋੜਾ ਜਿਹਾ ਵੀ ਦੁਪਹਿਰੇ ਦੇ ਵਿੱਚ ਕੂਲਿੰਗ ਘਟ ਜਾਂਦੀ ਹੈ ਜੀ। ਉਹ ਚਲੋ, ਉਹ ਤੇ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ। ਆਪਾਂ ਕਾਰਾਂ 'ਚ ਦੇਖਦੇ ਆ, ਬਿਨਾਂ 'ਚ ਵੀ ਬੈਠੇ ਨਹੀਂ ਜਾਂਦਾ। ਕਾਰ 'ਚ ਤੇ ਖੜੀ 'ਚ ਜੇ ਆਪਾਂ ਇਹ ਚਲਾਈਏ ਤੇ ਕੂਲਿੰਗ ਕਰਦੀਆਂ ਹੀ ਨਹੀਂ। ਹਾਂ ਜੀ, ਬਾਹੋ ਹੀ ਜਣੋ ਬਹੁਤ ਵਧੀਆ ਕੂਲਿੰਗ ਆ ਜੀ। ਠੀਕ ਠੀਕ। ਤੇ ਇਹ ਜਿਵੇਂ ਇੰਟਰਕੂਲਰ ਦੀ ਫਿਟਿੰਗ ਬਾਹਰ ਹੋਣ ਦਾ ਕਾਰਨ ਕੋਈ? ਇਹ ਜਦ ਸ਼ੁਰੂਆਤ ਹੋਈ ਸੀ ਕੈਮਰਾ ਦੀ 4-5 ਸਾਲ ਪਹਿਲਾਂ, ਇਹ ਬਾਹਰ ਹੀ ਫਿਟਿੰਗ ਆਉਂਦੀ ਸੀ ਇਹਦੀ। ਉਦੋਂ ਬਾਹਰ ਹੀ ਹੁੰਦੀ ਸੀ। ਠੀਕ ਠੀਕ। ਹੁਣ ਮਤਲਬ ਜ਼ਿਆਦਾ ਅੰਦਰ ਕਰਨ ਲੱਗ ਗਏ? ਹੁਣ ਇਹ ਛੱਤ ਤੇ ਲਾਉਣ ਲੱਗ ਗਏ ਜੀ ਉੱਤੇ। ਠੀਕ ਠੀਕ। ਤੇ ਕਹਿੰਦੇ ਵੀ ਹਵਾ ਹਵਾ ਖੁੱਲੀ ਮਿਲਦੀ ਹੈ, ਇਦੋਂ ਵੀ ਕੂਲਿੰਗ ਹੋਰ ਵੱਧ ਹੁੰਦੀ ਹੈ। ਠੀਕ ਠੀਕ। ਤੇ ਜਿਵੇਂ ਇੱਕ ਚੀਜ਼ ਆਪਾਂ ਹੋਰ ਦੇ ਜਿਵੇਂ ਵੀ ਸ਼ੀਸ਼ੇ, ਜਿਵੇਂ ਤੁਸੀਂ ਇਹਦੇ ਥੋੜ੍ਹੇ ਜਿਹੇ ਫਿਲਮ ਕਰਵਾਏ ਨੇ, ਜਿਵੇਂ ਸ਼ਹਿਰ ਸ਼ੁਰ ਲੈ ਕੇ ਜਾਂਦੇ, ਇਹਨੂੰ ਕੋਈ ਡੱਕਦਾ ਨਹੀਂ ਸ਼ੀਸ਼ੇ? ਕੋਈ ਦਿੱਕਤ ਨਹੀਂ ਆਈ, ਨੀਚੇ ਕਰਾਏ ਨਾ ਆਪਾਂ ਨੇ, ਉੱਤੇ ਸਾਰੇ ਵਾਈਟ ਨੇ। ਠੀਕ ਠੀਕ। ਹਾਂ, ਨੀਚੇ ਚੱਲੀ ਜਾਂਦੇ ਨੇ। ਅੱਛਾ ਅੱਛਾ, ਮਤਲਬ ਇਹ ਫਿਰ ਕਰਵ 'ਚ ਬਣਿਆ ਹੋਇਆ, ਮਤਲਬ ਗੁਲਾਈ ਦੇ ਵਿੱਚ? ਹਾਂ, ਗੁਲਾਈ ਦੇ ਵਿੱਚ ਬਣਿਆ ਹੋਇਆ ਜੀ। ਠੀਕ ਠੀਕ। ਕੋਈ ਵਾਈਬ੍ਰੇਸ਼ਨ ਵਗੈਰਾ, ਖੜਕਾ ਖੁੜਕਾ ਕੁਝ ਵੀ ਨਹੀਂ? ਕੋਈ ਖੜਕਾ ਨਹੀਂ ਹੈਗਾ ਜੀ। ਠੀਕ ਠੀਕ। ਰਿਟਰੈਕਟ ਉੱਠ ਉੱਠ ਵੀ ਲੱਗੀ ਜਾਵੇ ਅੱਗੇ ਤੋਂ, ਤਾਂ ਵੀ ਕੈਬਨ ਨਹੀਂ ਹੱਲੂ। ਜਿਵੇਂ ਕਈ ਟਰੈਕਟਰ ਨਾਲ, ਇੱਕ ਦੋ ਟਰੈਕਟਰ ਦਾ ਦੇਖਿਆ ਸੀ ਵੀ ਟਰੈਕਟਰ ਸਟਾਰਟ ਕਰੀਏ ਜਾਂ ਬੰਦ ਕਰੀਏ, ਉਦੋਂ ਬੜਾ ਖੜਕਾ ਜ਼ਿਆਦਾ ਉਹਦੇ 'ਚ ਫੀਲ ਹੁੰਦਾ। ਕੋਈ ਖੜਕਾ ਨਹੀਂ ਹੈਗਾ ਜੀ। ਤੇ ਵੀਰ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ, ਤਾਂ ਤੁਹਾਨੂੰ ਇੱਕ ਵਾਰੀ ਏਸੀ ਕੈਬਿਨ ਅਸੀਂ ਅੰਦਰੋਂ ਬਾਹਰੋਂ ਚੰਗੀ ਤਰ੍ਹਾਂ ਇਹਦੀ ਫਿਟਿੰਗ ਵਗੈਰਾ ਵੀ ਦਿਖਾ ਦਿੰਦੇ ਹਾਂ, ਅਤੇ ਟਰੈਕਟਰ ਤੁਹਾਨੂੰ ਸਟਾਰਟ ਕਰਕੇ ਵੀ ਦਿਖਾ ਦਾਂਗੇ ਇੱਕ ਵਾਰੀ। ਅਤੇ ਖਾਸ ਕਰਕੇ ਉਹਨਾਂ ਭਰਾਵਾਂ ਲਈ ਵੀਡੀਓ ਇਹ ਵੀ, ਜਿਹੜੇ ਕਹਿ ਦਿੰਦੇ ਨੇ ਵੀ ਇਹਨੂੰ ਲਵਾਉਣਾ ਨਹੀਂ ਚਾਹੀਦਾ ਜਾਂ ਦਿੱਕਤ ਆ ਜਾਂਦੀ ਜਾਂ ਕੋਈ ਵਾਈਬ੍ਰੇਸ਼ਨ ਹੋ ਜਾਂਦੀ ਥੋੜ੍ਹੇ ਟਾਈਮ ਬਾਅਦ, 4 ਸਾਲ ਬਾਅਦ ਇਹਨੂੰ ਯੂਜ਼ ਕਰਦੇ ਨੂੰ ਹੋ ਗਏ, ਹਾਲੇ ਤੱਕ ਕੋਈ ਦਿੱਕਤ ਨਹੀਂ ਆਈ। ਅਤੇ ਫਰੰਟ ਵਿੱਚ ਦੀ ਲੁੱਕ ਮੈਂ ਤੁਹਾਨੂੰ ਦਿਖਾ ਵੀ ਦਿੱਤੀ, ਇੱਕ ਵਾਰੀ ਵਿੱਚ ਬਹਿ ਕੇ ਟਰੈਕਟਰ ਸਟਾਰਟ ਕਰਕੇ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਿੰਦੇ ਹਾਂ। ਅਤੇ ਫੀਟਿੰਗ ਵੀ ਤੁਹਾਨੂੰ ਇੱਕ ਵਾਰੀ ਦਿਖਾ ਦਿੰਦੇ ਹਾਂ ਸਾਰੀ ਕੈਬਿਨ ਦੀ ਕਿਵੇਂ ਦੀ ਕੀਤੀ ਹੋਈ ਹੈ। ਹਾਂਜੀ, ਅਤੇ ਡਬਲ ਡੋਰ ਦੇ ਵਿੱਚ ਏਸੀ ਹੈ, ਜਿਵੇਂ ਦੋਨੋਂ ਸਾਈਡ ਤੋਂ ਆਪਾਂ ਇਹਦੇ 'ਤੇ ਚੜ੍ਹ ਵੀ ਸਕਦੇ ਹਾਂ, ਉਤਰ ਵੀ ਸਕਦੇ ਹਾਂ। ਅਤੇ ਕਾਫੀ ਜ਼ਿਆਦਾ ਸਮੂਥ ਹੈ, ਜਿਵੇਂ ਕੋਈ ਜ਼ਿਆਦਾ ਇਹਦੇ ਵਿੱਚ ਖੜਕਾ ਵੀ ਨਹੀਂ, ਜਿਵੇਂ ਇਹਨੂੰ ਬੰਦ ਕਰਨ ਦੇ ਵਿੱਚ ਜੇ ਆਪਾਂ ਕਹੀਏ ਵੀ ਜ਼ਿਆਦਾ ਜ਼ੋਰ ਦੀ ਇਹਦੀ ਖਿੜਕੀ ਬੰਦ ਕਰਨੀ ਪੈਂਦੀ ਹੈ, ਅਤੇ ਹਲਕਾ ਜਿਹਾ ਮੈਂ ਤੁਹਾਨੂੰ ਦੁਬਾਰਾ ਵੀ ਕਰਕੇ ਦਿਖਾਇਆ, ਇੰਨੇ ਕੁ ਆਪਾਂ ਜ਼ੋਰ ਦੇ ਨਾਲ ਇਹਨੂੰ ਬੰਦ ਕਰ ਸਕਦੇ ਹਾਂ। ਬਾਹਰ ਇੰਡੀਕੇਟਰ ਵੀ ਆ ਜਾਂਦੇ ਨੇ, ਉੱਪਰ ਆ ਜਾਂਦੇ ਨੇ ਸਾਈਡ ਦੇਖਣ ਲਈ ਮਿਰਰ, ਅੱਗੇ ਬਾਰ ਵਗੈਰਾ, ਲਾਈਟਾਂ ਵਗੈਰਾ, ਮਿਰਰਾਂ ਨੇ ਬੜੀਆਂ ਸੋਹਣੀਆਂ ਲਵਾਈਆਂ ਨੇ। ਅਤੇ ਮੋਂਟਿੰਗ ਰਬੜਾਂ ਦੇ ਨਾਲ ਏਸੀ ਕੈਬਿਨ ਲਾਇਆ ਹੋਇਆ, ਵੀ ਜਿਵੇਂ ਟਰੈਕਟਰ ਦੀ ਜਿਹੜੀ ਸਟਾਰਟਿੰਗ ਆਪਾਂ ਜਦੋਂ ਸਟਾਰਟ ਕਰਦੇ ਹਾਂ ਬੰਦ ਕਰਦੇ ਹਾਂ, ਵਿੱਚ ਵਾਈਬ੍ਰੇਸ਼ਨ ਵਗੈਰਾ ਜ਼ਿਆਦਾ ਨਾ ਫੀਲ ਹੋਵੇ। ਅਤੇ ਮਰਗਾੜ ਦੇ ਥੱਲੇ ਇੱਕ ਰਬੜ ਲਾਈ ਹੋਈ ਹੈ, ਜਿਵੇਂ ਕੂਲਿੰਗ ਵਗੈਰਾ ਇਹਦੀ ਲੀਕ ਨਾ ਹੋਵੇ ਅਤੇ ਵਾਈਬ੍ਰੇਸ਼ਨ ਜ਼ਿਆਦਾ ਅੰਦਰ ਫੀਲ ਨਾ ਹੋਵੇ। ਪਿੱਛੇ ਵੀ ਆਪਾਂ ਨੂੰ ਡਬਲ ਮੋਂਟਿੰਗ ਮਿਲ ਜਾਂਦੀਆਂ ਨੇ, ਪਿੱਛੇ ਇੱਕ ਡੋਰ ਮਿਲ ਜਾਂਦਾ, ਜਿਵੇਂ ਪਿੱਛੇ ਇੰਪਲੀਮੈਂਟ ਵਗੈਰਾ ਕੋਈ ਅਟੈਚ ਕਰਾਉਂਦੇ ਆ ਅਤੇ ਉਹਨੂੰ ਕੁਛ ਕਹਿਣਾ ਹੋਵੇ ਜਾਂ ਕੋਈ ਸਮਾਨ ਫੜਾਉਣਾ ਹੋਵੇ ਅੰਦਰ, ਟੂਲ ਬੋਕਸ ਇੱਕ ਸਾਈਡ 'ਤੇ ਕਰਤਾ, ਬਾਹਰ ਦੋਨੋਂ ਸਾਈਡ 'ਤੇ ਮੋਂਟਿੰਗ ਰਬੜ ਆ ਜਾਂਦੀ ਹੈ। ਅਤੇ ਏ ਸੀ ਲੈਫਟ ਸਾਈਡ ਦੀ ਅਤੇ ਸ਼ੀਸ਼ਾ ਜਿਹੜਾ ਨਾ ਇਹ ਕਰਵ ਦੇ ਵਿੱਚ ਬਣਾਇਆ ਹੋਇਆ, ਜਿਵੇਂ ਕਈ ਕਿ ਏ ਸੀ ਕੈਬਿਨ ਆਪਾਂ ਦੇਖ ਲੈਂਦੇ ਹਾਂ ਵੀ ਉਹ ਨੋਰਮਲ ਜਿਹੜੇ ਆਪਣੇ ਨੇ ਮਤਲਬ ਚੋਰਸ ਬਣਾ ਦਿੰਦੇ ਨੇ, ਉਹ ਇੱਕ ਤਾਂ ਸੋਹਣੇ ਨਹੀਂ ਲੱਗਦੇ, ਉੱਪਰੇ 'ਚ ਲੱਗਦੇ ਨੇ ਕਾਫੀ ਜ਼ਿਆਦਾ। ਅਤੇ ਇਹ ਜਿਵੇਂ ਕਰਵ ਲੱਗਾ ਹੋਇਆ ਫਾਰਮ ਟਰੈਕ 660 'ਤੇ, ਤਾਂ ਕਾਫੀ ਜ਼ਿਆਦਾ ਸੋਹਣਾ ਲੱਗਦਾ ਪਿਆ ਟਰੈਕਟਰ, ਤੁਸੀਂ ਦੇਖ ਸਕਦੇ। ਇੰਟਰਕੂਲਰ ਦੀ ਫੀਟਿੰਗ ਮੈਂ ਤੁਹਾਨੂੰ ਦੱਸਿਆ ਵੀ ਜਿਵੇਂ ਸਟਾਰਟਿੰਗ 'ਚ ਬਾਈ ਕਹਿੰਦੇ ਹਨ ਵੀ ਬਾਹਰ ਆਉਂਦੀ ਸੀ, ਅਤੇ ਰੀਪਰ 'ਤੇ ਵੀ ਬਾਈ ਕਹਿੰਦੇ ਨੇ ਵੀ ਜਿਵੇਂ ਚੱਲਦਾ ਰਿਹਾ, ਅਤੇ ਟਰੈਕਟਰ ਦੇ ਡੀਜ਼ਲ ਖਰਚੇ ਦੀ ਵੀ ਕੋਈ ਦਿੱਕਤ ਨਹੀਂ ਆਈ, ਮਤਲਬ ਸੇਮ ਹੀ ਰਿਹਾ, 3 ਕਿਲੀਟਰ 'ਚ ਕਹਿੰਦੇ ਨੇ ਵੀ ਟਰਾਲੀ ਭਰਦਾ ਰਿਹਾ। ਅਤੇ ਲੈਫਟ ਸਾਈਡ 'ਤੇ ਵੀ ਸ਼ੀਸ਼ਾ ਆ ਜਾਂਦਾ ਸਾਈਡ ਦੇਖਣ ਲਈ, ਇਸ ਸਾਈਡ ਤੋਂ ਵੀ ਸਾਰਾ ਬੜਾ ਜ਼ਿਆਦਾ ਸੋਹਣਾ ਬਣਿਆ। ਪਿੱਛੇ ਵੀ ਆਪਾਂ ਨੂੰ ਲਾਈਟਾਂ ਮਿਲ ਜਾਂਦੀਆਂ ਨੇ, ਡਬਲ ਡੋਰ ਜਿਵੇਂ ਮੈਂ ਤੁਹਾਨੂੰ ਦੱਸਿਆ, ਆਪਾਂ ਲੈਫਟ ਸਾਈਡ ਤੋਂ ਰਾਈਟ ਸਾਈਡ ਤੋਂ ਦੋਨੋਂ ਸਾਈਡ ਤੋਂ ਚੜ੍ਹ ਸਕਦੇ ਹਾਂ। ਵਿੱਚ ਮੈਟਿੰਗ ਆ ਜਾਂਦੀ ਨੀਚੇ ਬਲੂ ਕਲਰ ਦੀ, ਲੈਦਰ ਦੀ ਜਿਹੜੀ ਆਪਾਂ ਨੂੰ ਫਿਨਿਸ਼ਿੰਗ ਮਿਲ ਜਾਂਦੀ ਕ੍ਰੀਮ ਕਲਰ ਦੀ, ਤਾਂ ਕਾਫੀ ਜ਼ਿਆਦਾ ਸੋਹਣਾ ਲੱਗਦਾ ਪਿਆ। ਕੈਬਿਨ ਤੁਸੀਂ ਵਿੱਚੋਂ ਦੇਖ ਸਕਦੇ, ਉੱਪਰ ਆਪਣੇ ਸਪੀਕਰਾਂ ਦੀ ਫਿਟਿੰਗ ਆ ਗਈ ਸੋਨੀ ਦੇ ਸਪੀਕਰ ਇਹਦੇ ਵਿੱਚ ਲੱਗੇ ਹੋਏ ਨੇ, ਮਿਊਜ਼ਿਕ ਸਿਸਟਮ ਵੀ ਸੋਨੀ ਦਾ ਲੱਗਾ ਹੋਇਆ। ਇੱਕ ਵਾਰੀ ਤੁਹਾਨੂੰ ਅੰਦਰ ਜਾ ਕੇ ਵੀ ਦਿਖਾ ਦਿੰਦੇ,
ਹਵਾ ਵਾਲੇ ਉੱਪਰ ਇੱਕ ਲਾਈਟ ਮਿਲ ਜਾਂਦੀ ਹੈ ਵਿੱਚ ਚਾਨਣ ਲਈ, ਅਤੇ ਇਸ ਸਾਈਡ ਆਪਣੇ ਸਾਰੇ ਆਪਣੇ ਬਟਨ ਆ ਜਾਂਦੇ ਨੇ ਬੈਕ ਲਾਈਟ ਦੇ, ਆਪਣਾ ਵਾਈਪਰ ਦੇ ਜਿਵੇਂ ਹੋ ਗਏ, ਅਤੇ ਐੱਲ ਈ ਡੀ ਦੇ ਹੋ ਗਏ ਜਿਵੇਂ ਲਾ ਲਓ ਸਪੀਕਰ ਵਗੈਰਾ ਸਾਰੇ, ਇਹ ਬਲੋਰ ਆ ਜਾਂਦੇ ਨੂੰ ਔਨ ਆਫ ਕਰਨ ਵਾਲਾ, ਇੱਥੇ ਏ ਸੀ ਔਨ ਆਫ ਹੋ ਜਾਂਦਾ, ਅਤੇ ਜਿਹੜੀ ਮਿਊਜ਼ਿਕ ਸਿਸਟਮ ਦੀ ਜਿਹੜੀ ਫਿਟਿੰਗ ਹੈ ਇੱਕ ਸਾਈਡ 'ਤੇ ਕੀਤੀ ਹੋਈ, ਡਬਲ ਡੋਰ ਜਿਵੇਂ ਤੁਹਾਨੂੰ ਦੱਸ ਚੁੱਕੇ, ਦੋਨੋਂ ਸਾਈਡ ਤੋਂ ਆਪਾਂ ਇਹਨੂੰ ਓਪਨ ਕਰ ਸਕਦੇ ਹਾਂ, ਮਰਗਾਡਾਂ ਦੇ ਨਾਲ ਇੱਕ ਬੰਦੇ ਦੀ ਬਹਿਣ ਦੀ ਜਗ੍ਹਾ ਵੀ ਹੈਗੀ ਹੈ, ਆਰਾਮ ਨਾਲ ਬਹਿ ਸਕਦਾ, ਦੋਨੋਂ ਸਾਈਡ 'ਤੇ ਦੋਨੋਂ ਮਰਗਾਡ 'ਤੇ ਜਗ੍ਹਾ ਹੈ ਵੇ, ਕੋਈ ਇਹ ਵੀ ਨਹੀਂ ਵੀ ਜ਼ਿਆਦਾ ਵਿੱਚ ਕਵਰ ਹੋਇਆ, ਅਤੇ ਇਸ ਜਗ੍ਹਾ ਤੋਂ ਆਪਾਂ ਜਿਹੜੀ ਇਹਦੀ ਰੀਅਰ ਵਿੰਡੋ ਜਿਹਨੂੰ ਆਪਾਂ ਕਹਿ ਦਾਂਗੇ ਉਹਨੂੰ ਓਪਨ ਕਰ ਸਕਦੇ ਹਾਂ, ਅਤੇ ਸਾਈਡ 'ਤੇ ਪੱਟੇ ਵੀ ਲਾਏ ਹੋਏ ਨੇ ਵੀ ਡੋਰ ਜਿਹੜੀ ਹੈ ਮਤਲਬ ਜ਼ਿਆਦਾ ਨਾ ਖੁੱਲ੍ਹ ਜਾਇਓ, ਨਾਲ ਲੱਗ ਕੇ ਸ਼ੀਸ਼ੇ ਵਗੈਰਾ ਦੀ ਕਰੈਕਿੰਗ ਨਾ ਆਵੇ, ਅਤੇ ਇੱਕ ਵਾਰੀ ਤੁਹਾਨੂੰ ਟਰੈਕਟਰ ਸਟਾਰਟ ਕਰਕੇ ਏ ਸੀ ਆਪਾਂ ਚਲਾ ਕੇ ਵੀ ਦਿਖਾ ਦਿੰਦੇ ਹਾਂ, ਅਤੇ ਵਿੱਚ ਦੀ ਵਾਈਬ੍ਰੇਸ਼ਨ ਵਗੈਰਾ ਜਿਹੜੀ ਉਹ ਵੀ ਦਿਖਾ। ਹਾਂਜੀ, ਅਤੇ ਜਿਵੇਂ ਹੁਣ ਟਰੈਕਟਰ ਲਾ ਲਓ ਸਟਾਰਟ ਹੈ, ਅਤੇ ਹਵਾ ਦਾ ਜਿਹੜਾ ਫਲੋ ਹੈ ਉਹ ਵੀ ਕਾਫੀ ਜ਼ਿਆਦਾ ਸੋਹਣਾ ਆਉਂਦੇ, ਅਤੇ ਕੂਲਿੰਗ ਵੀ ਬੜੀ ਸੋਹਣੀ ਕਰਦਾ ਪਿਆ ਟਰੈਕਟਰ, ਇੱਥੋਂ ਆਪਾਂ ਜਿਹੜੀ ਮਤਲਬ ਲਾ ਲਓ ਵੀ ਇਹਦੀ ਕੂਲਿੰਗ ਨੂੰ ਘਟਾ ਬਣਾ ਸਕਦੇ ਹਾਂ, ਅਤੇ ਸਿੱਧਾ ਹੀ ਟਰੈਕਟਰ ਨਹੀਂ ਚੱਲਦਾ, ਇਹ ਬਟਨ ਆਪਾਂ ਨੂੰ ਪ੍ਰੈਸ ਕਰਨਾ ਪੈਂਦਾ ਇਹਦਾ, ਇਸ ਤੋਂ ਬਾਅਦ ਫਿਰ ਏ ਸੀ ਜਿਹੜਾ ਇਹਦਾ ਵਰਕ ਕਰਨਾ ਸਟਾਰਟ ਕਰਦਾ, ਅਤੇ ਕੂਲਿੰਗ ਬੜੀ ਜ਼ਿਆਦਾ ਸੋਹਣੀ ਵਿੱਚ ਬਹਿ ਗਈ, ਫੀਟਿੰਗ ਵੀ ਫੀਲਿੰਗ ਵੀ ਕਾਫੀ ਜ਼ਿਆਦਾ ਵਧੀਆ ਹੁੰਦੀ ਹੈ, ਅਤੇ ਵਾਈਬ੍ਰੇਸ਼ਨ ਵੀ ਖਾਸ ਹੈ ਨਹੀਂ, ਜਿਵੇਂ ਬਾਹਰ ਦੀ ਸਾਊਂਡ ਕਾਫੀ ਜ਼ਿਆਦਾ ਘੱਟ ਹੁੰਦੀ ਅੰਦਰ, ਅਤੇ ਬੜਾ ਸੋਹਣਾ ਲੱਗਾ ਭਾਈਆਂ ਦਾ ਕੈਬਿਨ, ਲੈਦਰ ਦੀ ਫਿਨਿਸ਼ਿੰਗ ਜਿਹੜੀ ਉਹ ਕਾਫੀ ਜ਼ਿਆਦਾ ਸੋਹਣੀ ਹੋਈ ਇਹਦੇ 'ਚ। ਪਿੱਛੇ ਆਪਾਂ ਨੂੰ ਇੱਕ ਮਿਲ ਜਾਂਦਾ ਟੂਲ ਦਾ ਆਪਸ਼ਨ, ਆਪਣਾ ਕੋਈ ਸਮਾਨ ਵਗੈਰਾ ਵਿੱਚ ਰੱਖਣਾ ਹੋਏ ਤਾਂ ਲੋਕ ਦੇ ਨਾਲ ਮਿਲਦਾ ਉਹ ਸੇਫਟੀ ਦੇ ਨਾਲ ਆਪਾਂ ਰੱਖ ਸਕਦੇ ਹਾਂ, ਅਤੇ ਬਾਹਰ ਵੀ ਲੋਕ ਦਾ ਆਪਸ਼ਨ ਮਿਲ ਜਾਂਦਾ, ਜਿਵੇਂ ਐੱਲ ਈ ਡੀ ਦੀ ਫਿਟਿੰਗ ਮੈਂ ਤੁਹਾਨੂੰ ਦੱਸਤਾ, ਨੀਚੇ ਇੱਕ ਫੋਨ ਰੱਖਣ ਲਈ ਵੀ ਬਣਾਇਆ ਹੋਇਆ, ਐਨ ਬੜਾ ਵਧੀਆ, ਜਿਵੇਂ ਬੰਦਾ ਜੇ ਅਗਰ ਇਹ ਕੱਦੂ ਦੇ ਵਿੱਚ ਇਸ ਟਾਈਮ ਚੱਲਦਾ ਪਿਆ ਇਹ ਟਰੈਕਟਰ ਇੱਥੋਂ ਜਾਂਦੇ ਹੋਏ ਆਪਾਂ ਦੇਖਿਆ, ਤਾਂ ਮਤਲਬ ਲਾ ਲਓ ਜਿਵੇਂ ਵੀ ਬਾਈ ਵਿੱਚ ਬੈਠਾ ਜੇ, ਸਾਫ਼ ਸੁਥਰਾ, ਕੋਈ ਗਾਰੇ ਦੇ ਨਾਲ ਲਿਬੜਿਆ ਨਹੀਂ ਹੋਇਆ, ਕੁਛ ਵੀ ਨਹੀਂ, ਅਤੇ ਕਾਫੀ ਜ਼ਿਆਦਾ ਸੋਹਣਾ ਬਣਾਇਆ ਹੋਇਆ ਸੀ। ਇੱਧਰ ਆਪਣੇ ਲਿਫਟ ਵਾਲੇ ਲੀਵਰ ਵਗੈਰਾ ਵੀ ਬੜੇ ਵਧੀਆ, ਮਤਲਬ ਕੋਈ ਵੀ ਦਿੱਕਤ ਨਹੀਂ, ਨੀਚੇ ਸਾਰਾ ਹੀ ਕਵਰ ਕੀਤਾ ਹੋਇਆ ਬਾਹਰ ਦਾ, ਮਤਲਬ ਕੂਲਿੰਗ ਵਗੈਰਾ ਬਾਹਰ ਜਾਣ ਦਾ ਕੋਈ ਮਤਲਬ ਨਹੀਂ ਇਹਦੇ ਵਿੱਚ। ਹਾਂਜੀ, ਅਤੇ ਤੁਹਾਨੂੰ ਇੱਕ ਵਾਰੀ ਕੰਪਰੈਸ਼ਰ ਦੀ ਫੀਟਿੰਗ ਵੀ ਦਿਖਾ ਦਿੰਦੇ ਹਾਂ ਵੀ ਕੰਪਰੈਸ਼ਰ ਦੀ ਫੀਟਿੰਗ ਕਿਹੜੇ ਤਰੀਕੇ ਨਾਲ ਕੀਤੀ ਹੋਈ ਹੈ ਬੰਦੇ ਨੇ, ਅਤੇ ਆਹ ਕੁਛ ਇਸ ਤਰੀਕੇ ਦੇ ਨਾਲ ਕੰਪਰੈਸ਼ਰ ਦੀ ਜਿਹੜੀ ਫੀਟਿੰਗ ਕੀਤੀ ਹੋਈ ਹੈ, ਅਤੇ ਸਾਹਮਣੇ ਬੈਲਟ ਜਿਹੜੀ ਉਹ ਨੀਚੇ ਪਾਈ ਹੋਈ ਲੰਮੀ, ਅਤੇ ਵਧੀਆ, ਮਤਲਬ ਕੋਈ ਖਿਲਾਰਾ ਨਹੀਂ ਜ਼ਿਆਦਾ, ਤੁਸੀਂ ਵੇਖ ਸਕਦੇ ਹੋ ਜਿਵੇਂ ਬੜਾ ਸੋਹਣੇ ਤਰੀਕੇ ਦੇ ਨਾਲ ਜਿਹੜੀ ਕੰਪਰੈਸ਼ਰ ਦੀ ਵੀ ਫੀਟਿੰਗ ਕੀਤੀ ਹੋਈ ਅੱਗੇ ਆ, ਜਿਵੇਂ ਇੰਟਰਕੂਲਰ ਦੇ ਵਿੱਚ ਉਹਦੇ ਪਾਈਪ ਕੰਡੈਂਸਰ ਦੇ ਵਿੱਚ ਪਾਈਪ ਕਹੀ ਹੋਈ ਹੈ ਇਹਦੀ, ਅਤੇ ਇਹ ਭਾਅ ਜੀ ਕੰਪਰੈਸ਼ਰ ਵੀ ਮਤਲਬ ਨਾਲ ਦਾ ਹੀ, ਜਿਹੜਾ ਤੁਸੀਂ ਲਵਾਇਆ ਸੀ ਕੰਪਰੈਸ਼ਰ 'ਚ ਕੋਈ ਦਿੱਕਤ ਆਈ ਹੋਈ ਉਸ ਤੋਂ ਬਾਅਦ ਜੋ ਕੁਛ ਵੀ ਨਾਲ ਹੀ ਲੱਗਾ, ਕੋਈ ਲੀਕ ਲੂਕ ਦੀ ਦਿੱਕਤ? ਲੀਕ ਨਹੀਂ, ਇੱਕ ਦੋ ਵਾਰੀ ਗੈਸ ਜਿਵੇਂ ਆਮ ਘੱਟ ਜਾਂਦੀ ਆ ਕਾਰਾਂ ਦੇ ਵਿੱਚ, ਹਾਂਜੀ ਹਾਂਜੀ, ਹੋਈ ਆ, ਹੋਰ ਕੋਈ ਦਿੱਕਤ ਨਹੀਂ, ਹੋਰ ਕੋਈ ਨਹੀਂ। ਤੇ ਇਹ ਜਿਵੇਂ ਮਤਲਬ ਲਾ ਲਓ ਵੀ ਹੁਣ ਆਪਾਂ ਜੇ ਗੱਲ ਕਰੀਏ, ਜਿਵੇਂ ਆਪਾਂ ਗੱਲ ਕਰਨੇ ਆ ਏਸੀ ਦੀ ਸਰਵਿਸ ਦੀ, ਤੇ ਨਾਰਮਲ ਜਿਹੜੇ ਗੱਡੀਆਂ ਦੀ ਸਰਵਿਸ ਕਰ ਦਿੰਦੇ ਨੇ ਏਸੀ ਦੀ, ਉਹ ਹੀ ਕਰ ਦਿੰਦੇ ਨੇ, ਇਹਦੇ ਵੀ ਸਪੈਸ਼ਲ ਜਿਹਦੇ ਕੋਲ ਲਵਾਇਆ ਉਹਦੇ ਕੋਲ ਹੀ ਲੈ ਕੇ ਜਾਣਾ ਪੈਂਦਾ ਆਪਾਂ ਨੂੰ, ਜਿੱਥੋਂ ਮਰਜ਼ੀ ਕਰਾ ਲਓ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ, ਦਿੱਕਤ ਨਹੀਂ ਆਏਗੀ। ਠੀਕ ਠੀਕ ਠੀਕ, ਉਹ ਨਾਰਮਲ ਆਪਣੇ ਜਿਹੜੇ ਗੱਡੀਆਂ ਦੀ ਕਰਦੇ ਆਪਾਂ ਉਹਦੇ ਤੇ ਕਰਵਾ ਸਕਦੇ ਹਾਂ, ਉਹ ਹੀ ਗੈਸ ਪੈ ਜਾਂਦੀ ਹੈ ਜੋ ਕਾਰਨਾ ਸਿਸਟਮ ਆਈ ਸਾਰਾ। ਹਾਂ ਹੈ, ਤੇ ਉਹ ਚਲੋ ਏਸੀ ਤੇ ਕਾਰ ਵਾਲਾ ਹੀ ਏ, ਬਾਕੀ ਕਈ ਕੱਦੂ ਕਰਦੇ ਹਨ ਪਏ ਦੇ ਨਾਲ ਟਰੈਕਟਰ ਰੋਕ ਕੇ ਅਸੀਂ ਵੀਡੀਓ ਬਣਾਈਏ, ਨਹੀਂ ਤੇ ਸੀਜ਼ਨ ਦੇ ਟਾਈਮ ਦੇ ਵਿੱਚ ਕੋਈ ਇੰਨਾ ਟਾਈਮ ਕੱਢਦਾ ਨਹੀਂ ਹੁੰਦਾ। ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਆ ਜੀ, ਚੰਗੀ ਲੱਗੀ ਸ਼ੇਅਰ ਕਰਦੇ ਜੇ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਮਿਲਦੇ ਹਾਂ ਅਗਲੀ ਵੀਡੀਓ 'ਚ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।